ਸਾਬਕਾ ਡਿਪਟੀ ਸੀਐਮ ਅਤੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਟਾਂਡਾ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਨਲਾਇਕੀ ਦੇ ਚਲਦਿਆਂ ਪੰਜਾਬ 'ਚ ਕਾਨੂੰਨ ਵਿਵਸਥਾ ਦੇ ਹਾਲਾਤ ਬੇਹੱਦ ਅਣਸੁਖਾਵੇਂ ਬਣੇ ਹੋਏ ਹਨ ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਪੰਜਾਬ 'ਚ ਨਿੱਤ ਦਿਨ ਲੁੱਟ ਗੁੰਡਾਗਰਦੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਬੇਖੌਫ ਗੁੰਡਿਆਂ ਨੂੰ ਪੁਲਿਸ ਅਤੇ ਸਰਕਾਰ ਦਾ ਕੋਈ ਡਰ ਨਹੀਂ ਹੈ ਜਿਸ ਦੇ ਚਲਦਿਆਂ ਦਿਨ ਬ ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਪੰਜਾਬ ਦੇ ਬੜੇ ਸੁਖਾਵੇਂ ਹਾਲਾਤ ਨੇ ਔਰ ਪਬਲਿਕ ਦੇ ਵਿੱਚ ਸਹਿਮ ਆ, ਫੀਅਰ ਆ ਕਿ ਜਿਸ ਤਰ੍ਹਾਂ ਹਰ ਰੋਜ਼ ਮਰਡਰ ਨੂੰ ਸਨੈਚਿੰਗ ਘਰਾਂ ਦੇ ਵਿੱਚ ਅੰਦਰ ਵੜ ਕੇ ਮੋਬਾਈਲ ਖੋਹ ਲੈਣੇ, ਗਲੀ ਦੇ ਵਿੱਚੋਂ ਛੇਨੀਆਂ ਖੋਹਣੀਆਂ ਔਰ ਬੜੇ ਬੇਬਾਕ ਹੋ ਕੇ ਇਹ ਜਿਹੜੀ ਪੰਜਾਬੀ ਲਾ ਐਂਡ ਆਰਡਰ ਦੇ ਹਾਲਾਤ ਨੇ ਇਹਦੇ 'ਚ ਗੁੰਡਿਆਂ ਨੂੰ ਕੋਈ ਡਰ ਖੌਫ ਹੀ ਹੈ ਨਹੀਂ ਕਿ ਕੋਈ ਪੁਲਿਸ ਦਾ ਲੋਅ ਆ, ਪੁਲਿਸ ਵਾਲੇ ਜਿਹੜੇ ਕੋਈ ਹੈਗੇ ਨੇ। ਸਭ ਤੋਂ ਵੱਡੀ ਗੱਲ ਜੇ ਮੈਂ ਇਹ ਸਮਝਦਾ ਕਿ ਜਿਸ ਤਰੀਕੇ ਨਾਲ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਇਹ IS ਦੇ ਉੱਪਰ ਜਦੋਂ ਰੇਡ ਹੋਈ CBI ਦੀ ਜਾਂ ED ਦੀ, ਉਹਦੇ 'ਚ ਗਵਰਨਮੈਂਟ ਦਾ ਨਾਂ ਬੋਲਣਾ ਔਰ ਨਾਂ ਸਟੈਂਡ ਲੈਣਾ, ਇਹਦੇ 'ਚ ਵੀ ਪੰਜਾਬ ਪੁਲਿਸ ਦੇ ਵਿੱਚ ਡਿਮੋਰਟਾਈਜੇਸ਼ਨ ਆਈ ਆ ਅਤੇ ਜਿਹੜੇ ਪੋਲੀਟੀਕਲ ਬੌਸ ਨੇ ਇਹ ਨਾ ਤਾਂ ਪਿੱਛੇ ਖੜ੍ਹੇ ਹੁੰਦੇ ਆ ਅਤੇ ਨਾ ਹੀ ਅੱਗੇ ਆ ਕੇ ਕੰਮ ਕਰਦੇ। ਜਿਹੜੀ ਬਦਕਿਸਮਤੀ ਆ ਪੰਜਾਬ ਦੀ ਕਿ ਚੀਫ ਮਿਨਿਸਟਰ ਪੰਜਾਬ ਦੇ ਵਿੱਚ ਰੋਜ਼ ਹੀ ਮਰਡਰ ਅਤੇ ਹੋਰ ਜਿਹੜੇ ਲਾ ਐਂਡ ਆਰਡਰ ਦੀ ਵਰਸਟ ਪੁਜੀਸ਼ਨ ਜਿਹੜੀ ਹੋਈ ਜਾ ਰਹੀ ਆ ਔਰ ਮੁੱਖ ਮੰਤਰੀ ਅੱਜ ਤੱਕ ਇੱਕ ਵਾਰੀ ਵੀ ਇਹਦੇ 'ਤੇ ਕਿਸੇ ਪ੍ਰੈਸ ਦੇ ਸਾਹਮਣੇ ਜਾਂ ਕੋਈ ਇਹ ਨਹੀਂ ਆਇਆ ਕਿ ਪੰਜਾਬ ਦੇ ਹਾਲਾਤ ਕੀ ਨੇ ਅਤੇ ਕਿਵੇਂ ਅਸੀਂ ਸੁਧਾਰਾਂਗੇ। ਇਹ ਲੋਕਾਂ ਦੇ ਵਿੱਚ ਕੌਨਫੀਡੈਂਸ ਕ੍ਰੀਏਟ ਕਰਨਾ ਹੁੰਦਾ ਅਤੇ ਪੋਲੀਟੀਕਲ ਪਾਰਟੀ ਕਰਦੀ ਔਰ ਚੀਫ ਮਿਨਿਸਟਰ ਕਰਦਾ, ਜਿਹੜਾ ਹੈੱਡ ਆਫ ਦੀ ਸਟੇਟ ਹੁੰਦਾ ਉਹ ਕਰਦਾ। ਇਸ ਕਰਕੇ ਇਹਦੇ 'ਤੇ ਆਪਾਂ ਸਾਰੇ ਬੈਠੇ ਹਾਂ ਅਤੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਕਹਿੰਦੇ ਹਾਂ ਕਿ ਆਪਣੇ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਉਹਨੂੰ ਨਾ ਕਿਤੇ ਖਤਮ ਕਰਿਓ, ਉਹਦੇ ਨਾਲ ਪੰਜਾਬ ਦਾ ਨੁਕਸਾਨ ਹੋਏਗਾ। ਪਹਿਲਾਂ ਵੀ ਬੜੀਆਂ ਵੱਖ ਵੱਖ ਤਾਕਤਾਂ ਨੇ, ਬਾਹਰਲੀਆਂ ਅੰਦਰਲੀਆਂ ਤਾਕਤਾਂ ਨੇ ਉਹ ਕੀਤਾ ਸੀ, ਪਰ ਹੁਣ ਜਿਵੇਂ ਪਹਿਲਾਂ ਨਹੀਂ ਉਕਤ ਭਾਈਚਾਰਕ ਸਾਂਝ ਟੁੱਟੀ, ਉਹ ਹੁਣ ਵੀ ਨਹੀਂ ਟੁੱਟਣੀ ਚਾਹੀਦੀ। ਇੱਥੇ ਠੀਕ ਹੈ।